अस्सलाम वालेकुम जी, मैं इस टाइम मौजूद हाँ पुल बजुआ दे विच। सियालकोट का इलाका बजवात जो कि 85 पिंडां दे उत्ते मुश्तमल है, तो जिहड़ा सब तों वड्डा पिंड है पुल बजुआ। तो अज तुहानूं पुल बजुआ दे बारे विच दस्सांगे, ते नाले तुहानूं दस्सांगे इत्थे कीहड़ी कीहड़ी बरादरी रह रही है, ते किन्ने वोट ने, होर जिहड़ी वी गल्लबात है पुल बजुआ दे मशहूर जिहड़े शख्स ने, उह वी तुहानूं दस्सांगे। ते अज दा जिहड़ा टॉपिक है उह पुल बजुआ। ਨਾ ਪੁੱਲ ਬਜੂਆ ਕਿਉਂ ਹੈ? ਇੱਥੇ ਬੱਜੂ ਰਹਿੰਦੇ ਸੀ ਪਹਿਲਾਂ। ਅੱਛਾ। ਹਾਂਜੀ, ਪਹਿਲਾਂ ਹਿੰਦੂ ਰਹਿੰਦੇ ਸੀ ਨਾ ਬੱਜੂ। ਹਾਂ। ਉਸ ਤੋਂ ਬਾਅਦ ਜਨਾਬ ਫਿਰ ਜਿਸਲੇ ਮੁਸਲਮਾਨ ਆਏ ਨੇ 47 ਤੋਂ ਬਾਅਦ, ਤੇ ਫਿਰ ਇੱਥੇ ਪੁੱਲ ਬਜੂਆ ਦਾ ਨਾਂ ਰੱਖਿਆ ਗਿਆ। ਵਾਲੇਕੁਮ ਸਲਾਮ। ਬਜ਼ੁਰਗੋ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਹੈ ਰਸ਼ੀਦ ਅਹਿਮਦ। ਕਿਹੜੇ ਪਿੰਡ ਦੇ ਤੁਸੀਂ? ਅਸੀਂ ਪੁੱਲ ਬਜੂਆ ਦੇ। ਇਹ ਪੁੱਲ ਬਜੂਆ ਦਾ ਨਾਂ ਪੁੱਲ ਬਜੂਆ ਕਿਉਂ ਰੱਖਿਆ ਗਿਆ? ਦੇਖੋ ਜੀ, ਇੱਥੇ ਰਹਿੰਦੇ ਸਨ ਸਿੱਖ ਬਰਾਦਰੀ ਸੀ ਪਹਿਲੇ ਸਟਾਰਟਿੰਗ ਦੇ ਵਿੱਚ, ਜਿਨ੍ਹਾਂ ਨੇ ਇਸ ਪਿੰਡ ਨੂੰ ਤਾਮੀਰ ਕੀਤਾ। ਉਹ ਆਏ ਸਨ ਸ਼ਕਰਗੜ੍ਹ ਦੀ ਤਰਫੋਂ, ਨਾਰੋਵਾਲ ਸ਼ਕਰਗੜ੍ਹ, ਉਹ ਇੱਕੋ ਹੀ ਗੱਲ ਸੀ। ਉੱਧਰੋਂ ਆਏ ਸਨ, ਉਹਨਾਂ ਨੂੰ ਕੀਤਾ ਗਿਆ ਸੀ ਜ਼ਿਲ੍ਹਾ ਵਤਨ। ਇੱਥੇ ਉਹਨਾਂ ਨੇ ਆ ਕੇ ਦੇਖਿਆ ਕਿ ਇਹ ਬਜੂਆ ਜਿਹੜਾ ਸੋਨੇ ਦੀ ਚਿੜੀ ਹੈ। ਉਹਨਾਂ ਨੇ ਆ ਕੇ ਇੱਥੇ ਨਹਿਰੀ ਨਿਜ਼ਾਮ ਨੂੰ ਸਹੀ ਕੀਤਾ ਪਿੰਡ ਦੇ ਵਿੱਚ। ਜ਼ਮੀਨ ਤਕਰੀਬਨ ਬਜੂਆ ਦੇ ਵਿੱਚ ਉਹਨਾਂ ਦੀ ਜ਼ਿਆਦਾ ਸੀ। ਉਹ ਨਵਾਬ ਬਣ ਗਏ ਇੱਥੇ, ਉਹਨਾਂ ਨੇ ਆਪਣਾ ਲੋਹਾ ਮਨਵਾਇਆ ਇੱਥੇ, ਅਤੇ ਉਹਦੀ ਵਜ੍ਹਾ ਕਾਰਨ ਇਹਨੂੰ ਪੁੱਲ ਬਜੂਆ। ਇਹ ਸਾਰੀ ਬਜੂਆ ਦਾ ਸਰਦਾਰ ਪਿੰਡ, ਇੱਕ ਵੱਡਾ, ਇੱਕ ਇੱਥੇ ਤਾਰੀਖੀ ਚੀਜ਼ਾਂ ਨੇ। ਤਕਰੀਬਨ ਹਾਈ ਸਕੂਲ ਵੀ ਹੁਣ ਬਣ ਚੁੱਕਿਆ, ਛੋਟੇ ਮੋਟੇ ਸਕੂਲ ਤਾਂ ਬਹੁਤ ਜ਼ਿਆਦਾ ਨੇ। ਅਤੇ ਕਿੰਨੀ ਕੁ ਆਬਾਦੀ ਹੈ ਇੱਥੇ, ਕਿੰਨੇ ਕੁ ਲੋਕ ਰਹਿੰਦੇ ਨੇ ਇੱਥੇ? ਲੋਕਾਂ ਦੀ ਆਬਾਦੀ ਤਕਰੀਬਨ, ਮੈਨੂੰ ਤਾਂ ਇੰਨਾ ਹੁਣ ਨਈ ਦਾਦੋ ਸ਼ੁਮਾਰ ਦੇ ਮੁਤਾਬਕ ਤਾਂ ਮੇਰਾ ਖਿਆਲ ਹੈ ਕੋਈ 30-35 ਹਜ਼ਾਰ ਬੰਦਾ ਹੋਣਾ ਹੀ ਹੈ ਜੀ, ਜੱਚੇ ਬੱਚੇ ਪਾ ਕੇ। ਅਤੇ ਇਹ ਬਜਵਾਦ ਦਾ ਸਭ ਤੋਂ ਵੱਡਾ ਪਿੰਡ ਹੈ? ਸਭ ਤੋਂ ਵੱਡਾ ਪਿੰਡ ਹੈ। ਇਸ ਪਿੰਡ ਵਿੱਚ ਕਿੰਨੀਆਂ ਕੁ ਬਰਾਦਰੀਆਂ ਰਹਿੰਦੀਆਂ ਨੇ? ਬਰਾਦਰੀਆਂ ਇੱਥੇ ਤਕਰੀਬਨ, ਮੇਰਾ ਖਿਆਲ ਇੱਕ ਜੱਟ ਬਰਾਦਰੀ ਨਹੀਂ ਹੈ ਜੀ, ਅਤੇ ਬਾਕੀ ਹੈ ਤਕਰੀਬਨ ਸਾਰੀਆਂ ਬਰਾਦਰੀਆਂ। ਕ੍ਰਿਸਚਨ ਕੋਈ ਨਹੀਂ ਇੱਥੇ? ਕ੍ਰਿਸਚਨ ਕੋਈ ਨਹੀਂ, ਹੈ ਸਹੀ ਸਨ ਮੁਕਾਮੀ, ਮਗਰ ਉਹ ਵਫਾਤ ਪਾ ਗਏ। ਕੋਈ ਐਸੇ ਬੰਦੇ ਜਿਹੜੇ ਮਸ਼ਹੂਰ ਬੰਦੇ ਇਸ ਪਿੰਡ 'ਚ ਦੁਨੀਆਂ ਤੋਂ ਟੁਰ ਗਏ ਜਾਂ ਹੈ ਨੇ, ਜਿਨ੍ਹਾਂ ਨੇ ਰਫਾਇਆ ਵਾਲੇ ਕੰਮ ਕੀਤੇ ਜਾਂ ਜਿਨ੍ਹਾਂ ਨੇ ਕੋਈ ਵੱਡੀਆਂ ਵੱਡੀਆਂ ਪੜ੍ਹਿਆ ਮਕਾਈਆਂ, ਮਸ਼ਹੂਰ ਬੰਦੇ, ਉਹਨਾਂ ਦੇ ਕੋਈ ਨਾਂ ਦੱਸੋ। ਇਹਨਾਂ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਤਾਂ ਆਉਂਦਾ ਇੱਥੇ ਪੀਰ ਸ਼ਾਹ ਸਵਾਰ ਸੀ। ਉਸ ਜ਼ਮਾਨੇ ਦੇ ਵਿੱਚ ਇੱਥੇ ਉਹਦਾ ਸਿੱਕਾ ਚੱਲਦਾ ਸੀ ਪਿੰਡ ਦੇ ਵਿੱਚ। ਉਸ ਤੋਂ ਬਾਅਦ ਫਿਰ ਹੋਰ ਵੀ ਆ ਗਏ ਛੋਟੇ ਮੋਟੇ, ਉਹਨਾਂ ਦੇ ਖਾਨਦਾਨ ਦੇ ਵਿੱਚ ਵੀ ਆ ਗਏ, ਹੋਰ ਵੀ ਆ ਗਈਆਂ ਬਰਾਦਰੀਆਂ ਦੇ ਵਿੱਚ ਬੰਦੇ, ਅਤੇ ਹੁਣ ਤਾਂ ਝੁੱਗਾ ਹੀ ਚੌੜ ਹੈ। ਹੁਣ ਤਾਂ ਨਾ ਕੋਈ ਪੈਂਚ ਕੋਈ ਬਣਦਾ ਪਿਆ, ਅਤੇ ਨਾ ਕੋਈ ਕਿਸੇ ਨੂੰ ਬਣਾਉਂਦਾ ਪਿਆ। ਸ਼ਾਹ ਸਵਾਰ ਤੋਂ ਇਲਾਵਾ ਕੋਈ ਐਸਾ ਨਾਮ ਹੈ ਜਿਹੜਾ ਮਸ਼ਹੂਰ ਸ਼ਖਸੀਅਤ ਹੋਇਆ ਇਸ ਪਿੰਡ ਦੀ? ਇਸ ਪਿੰਡ ਦੇ ਵਿੱਚ ਇੱਕ ਫਜ਼ਲ ਸ਼ਾਹ ਹੋਇਆ, ਜਿਹਨੂੰ ਮੈਂ ਦੇਖਿਆ, ਉਹਦੇ ਨਾਲ ਗੱਲਬਾਤ ਵੀ ਕੀਤੀ ਹੈ। ਉਹ ਤਕਰੀਬਨ ਉਸ ਤੋਂ ਵੀ ਪਹਿਲੇ ਦਾ ਇੱਥੇ ਰਿਹਾਇਸ਼ੀ ਸੀ ਜਿਹੜੇ ਸਾਡੇ ਜ਼ਿਹਨ ਦੇ ਮੁਤਾਬਕ। ਹਾਂਜੀ, ਕਿਉਂਕਿ ਸ਼ਾਹ ਸਵਾਲ ਚੌਧਰੀ ਆਇਆ ਨਾ ਅੱਜ। ਹਾਂਜੀ, ਅਤੇ ਇਹ ਪਠਾਨਕੋਟ ਦੇ ਹਾਂ, ਫਜ਼ਲ ਸ਼ਾਹ ਇੱਥੇ ਦੇ ਰਿਹਾਇਸ਼ੀ? ਉਹ ਰਿਹਾਇਸ਼ੀ ਸਨ ਇੱਥੇ ਦੇ। ਇਸ ਟਾਈਮ ਕਿਹੜੀ ਬਰਾਦਰੀ ਦੇ ਵੋਟ ਇੱਥੇ ਜ਼ਿਆਦਾ ਵੋਟ ਬੈਂਕ? ਦੋ ਬਰਾਦਰੀਆਂ ਨੇ, ਇੱਕ ਰਾਜਪੂਤ ਬਰਾਦਰੀ ਪਹਿਲੇ ਨੰਬਰ 'ਤੇ,
ते एक गुजर बरादरी है। ठीक है जी बुजुर्गों, बहुत शुक्रिया थोड़ा। वालेकुम सलाम। की नाम है तुम्हारा? जी अदनान सलीम। केड़े पिंड दे हो? पुलबजुआ दे। अच्छा किन्ने क स्कूल ने हाई? एते एक हाई स्कूल है ते दो गवर्नमेंट स्कूल, तीन गवर्नमेंट स्कूल ने, एक हाई है ते दो छोटे ने। टोटल गवर्नमेंट स्कूल तीन ने। ते प्राइवेट? प्राइवेट भी तीन ने। ते मस्जिदा किन्नियां ने इत्थे? मस्जिदा अठ मस्जिदा ने पुलबजुआ च। अच्छा एक कहले तशीद है ते एक कहले दीस आलें दी है ते छे आले सुन्नत आले ने। ठीक है मस्जिदा ने। कोई नहीं अल्लाह का शुक्र है, सब अमन शांति है, बेहतरीन है निजाम, सारे एक दूसरे ना मिलजुल के रह रहे ने। मदरसे ने इत्थे तीन। अच्छा तीन मदरसे ने इत्थे। जी जी मसला मसला है कि बच्चियां दा स्कूल हाई हो जाए तो सब तू अच्छा हो सकता है, यह बड़ी प्रॉब्लम है। उस तो अलावा कोई नहीं अल्लाह का शुक्र है, बेहतरीन है, सब एक दूसरे नाल सही निजाम चल रहा है, कोई मसला नहीं है। किड्डा क वड्डा पिंड है? पिंड है बजवाह का सब तो वड्डा पिंड है, वे 584 घर ने इहदे विच। अच्छा हर बरादरी इहदे विच रह रही है, गुजर राई शेख राजपूत जट सब बरादरियां मिक्स रह रही ने। शाह इंशाल्लाह ਬਰਾਦਰੀ ਨੇ ਅਸੀਂ ਇਸ ਟਾਈਮ ਮੌਜੂਦ ਹਾਂ ਪੁਲ ਬਜੂਆਂ ਦੇ ਵਿੱਚ, ਅਤੇ ਪੁਲ ਬਜੂਆਂ ਦੇ ਵਿੱਚ ਅਸੀਂ ਫਿਰ ਤੁਰ ਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਜਿੰਨੀ ਕੁ ਜਾਣਕਾਰੀ ਸਾਨੂੰ ਲੱਭੀ ਹੈ ਓਨੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੀਏ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਨੂੰ ਹੁਣ ਇਜਾਜ਼ਤ ਦਿਓ, ਫਿਰ ਨਵੀਂ ਵੀਡੀਓ 'ਚ ਅਸੀਂ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।